ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਸਕੂਲਾਂ ਨੂੰ ਲੈ ਕੇ ਇਸ ਵਕਤ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕੀਤਾ ਗਿਆ, ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ 2024 ਦੌਰਾਨ ਮਿਤੀ 1/6/2024 ਤੋਂ ਲੈ ਕੇ 30/6/2024 ਤੱਕ ਛੁੱਟੀਆਂ ਕੀਤੀਆਂ ਗਈਆਂ ਨੇ, ਤੁਹਾਨੂੰ ਪਤਾ ਹੈ ਸਾਰਿਆਂ ਨੂੰ। ਲੇਕਿਨ ਹੁਣ ਦੱਸਿਆ ਜਾ ਰਿਹਾ ਕਿ ਸਮੇਂ ਦੇ ਵਿੱਚ ਵੀ ਤਬਦੀਲੀ ਕੀਤੀ ਜਾ ਰਹੀ ਹੈ। ਤਾਂ ਹਾਂਜੀ ਦੋਸਤੋ, ਤੁਹਾਨੂੰ ਪਤਾ 30 ਜੂਨ ਤੱਕ ਛੁੱਟੀਆਂ ਨੇ, ਲੇਕਿਨ ਹੁਣ ਸਮੇਂ ਦੀ ਤਬਦੀਲੀ ਨੂੰ ਲੈ ਕੇ ਵੀ ਸੋਮਵਾਰ ਨੂੰ ਲੈਟਰ ਜਾਰੀ ਹੋਵੇਗਾ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12:30 ਵਜੇ ਤੱਕ ਸਕੂਲ ਲੱਗਣਗੇ। ਤਾਂ ਹਾਂਜੀ ਦੋਸਤੋ, ਇਸ ਸੰਬੰਧੀ ਓਫੀਸ਼ੀਅਲ ਪੱਤਰ ਜਿਹੜਾ ਵਾ ਸੋਮਵਾਰ ਮੰਗਲਵਾਰ ਤੱਕ ਜਾਰੀ ਹੋਵੇਗਾ। ਸਕੂਲ ਦੇ ਸਮੇਂ ਨੂੰ ਲੈ ਕੇ, ਜਿਹੜਾ ਸਕੂਲ ਦਾ ਸਮਾਂ, ਉਹ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12:30 ਵਜੇ ਤੱਕ ਰੱਖਿਆ ਜਾਏਗਾ। ਇਸ ਨੂੰ ਲੈ ਕੇ ਜਿਹੜਾ ਪੱਤਰ ਆ ਉਹ ਸੋਮਵਾਰ ਨੂੰ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਏਗਾ। ਤਾਂ ਇਸ ਕੋਲ ਦੇਖ ਸਕਦੇ ਹੋ ਜਿਹੜਾ ਇਹਦਾ ਪੱਤਰ ਜਾਰੀ ਵੀ ਹੋਇਆ ਸੀਗਾ ਇਸ ਤਰ੍ਹਾਂ ਦਾ। ਇਸ ਸੰਬੰਧੀ ਜਿਹੜੀ ਓਫੀਸ਼ੀਅਲ ਜਾਣਕਾਰੀ ਹੈ ਉਹ ਸਾਨੂੰ ਸੋਮਵਾਰ ਨੂੰ ਦੇਖਣ ਨੂੰ ਮਿਲੇਗੀ, ਸਕੂਲਾਂ ਦੁਆਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ। ਲੇਕਿਨ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ, ਦੱਸਿਆ ਜਾ ਰਿਹਾ ਕਿ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12:00 ਵਜੇ ਤੱਕ ਜਿਹੜਾ ਵਾ ਇਹ ਸਕੂਲ ਲੱਗਣਗੇ। ਪੰਜਾਬ ਰਾਜ ਦੇ ਵਿੱਚ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਦੇਖ ਸਕਦੇ ਹੋ 18/5/2024 ਨੂੰ ਪੱਤਰ ਜਾਰੀ ਕੀਤਾ ਗਿਆ, ਦੋਨੇ ਪੱਤਰ ਜਾਰੀ ਕੀਤੇ ਗਿਆ। ਬਾਕੀ ਸੋਮਵਾਰ ਨੂੰ ਤੁਹਾਡੇ ਸਕੂਲਾਂ ਵਿੱਚ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇਗਾ। ਓਫੀਸ਼ੀਅਲ ਤੌਰ 'ਤੇ ਲੈਟਰ ਜਾਰੀ ਹੋ ਚੁੱਕਿਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਨਵੀਂ ਵੀਡੀਓ 'ਚ। ਧੰਨਵਾਦ।